ਮਿਹਰਬਾਨੀ ਤੇ ਮੈਂ ਕੁਲਦੀਪ ਸਿੰਘ ਰੀਨੀ ਇੱਕ ਵਾਰ ਫਿਰ ਤੋਂ ਇਤਿਹਾਸਕ ਧਰਤੀ ਸ਼੍ਰੀ ਮੁਕਤਸਰ ਸਾਹਿਬ ਤੋਂ ਤੁਹਾਡਾ ਸਵਾਗਤ ਕਰਦਾ। ਦੱਸ ਦਈਏ ਕਿ 40 ਮੁਕਤਿਆਂ ਦੀ ਪਵਿੱਤਰ ਯਾਦ ਦੇ ਵਿੱਚ ਲੱਗਣ ਵਾਲਾ ਇਤਿਹਾਸਕ ਮੇਲਾ ਮਾਘੀ, ਇਸ ਮੇਲਾ ਮਾਘੀ ਦਾ ਅੱਜ ਪਵਿੱਤਰ ਇਸ਼ਨਾਨ ਹੈ। 12 ਜਨਵਰੀ ਤੋਂ ਮੇਲਾ ਮਾਘੀ ਦੇ ਸੰਬੰਧ ਦੇ ਵਿੱਚ ਧਾਰਮਿਕ ਸਮਾਗਮ ਜੋ ਹੈ ਉਹਨਾਂ ਦੀ ਸ਼ੁਰੂਆਤ ਹੋਈ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। ਅੱਜ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲਗਾਤਾਰ ਉਦੋਂ ਤੋਂ ਹੀ ਸੰਗਤ ਦੀਆਂ ਕਤਾਰਾਂ ਜਿਹੜੀਆਂ ਨੇ ਨਤਮਸਤਕ ਹੋਣ ਲਈ ਲੱਗੀਆਂ ਹੋਈਆਂ ਨੇ, ਔਰ ਵੱਡੀ ਗਿਣਤੀ 'ਚ ਸੰਗਤ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਔਰ ਹੋਰ ਇਤਿਹਾਸਕ ਗੁਰਧਾਮਾਂ 'ਤੇ ਨਤਮਸਤਕ ਹੋ ਰਹੀ ਹੈ। ਦੱਸ ਦਈਏ ਕਿ ਪਵਿੱਤਰ ਸਰੋਵਰ ਜਿੱਥੇ ਮਾਘ ਦਾ ਇਸ਼ਨਾਨ, ਜਿੱਥੋਂ ਦੀ ਇੱਕ ਪਵਿੱਤਰਤਾ ਇੱਕ ਇਤਿਹਾਸਕਤਾ ਹੈ ਮਾਘ ਦੇ ਇਸ਼ਨਾਨ ਦੀ, ਉੱਥੇ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਜਿਹੜੀ ਆ ਮਾਘ ਦੇ ਇਸ਼ਨਾਨ ਦੇ ਲਈ ਪਹੁੰਚੀ ਹੋਈ ਹੈ। ਮਾਘੀ ਦੇ ਇਸ ਮੌਕੇ 'ਤੇ 40 ਮੁਕਤਿਆਂ ਦੀ ਯਾਦ ਦੇ ਵਿੱਚ ਲੱਗਣ ਵਾਲੇ ਇਸ ਇਤਿਹਾਸਕ ਜੋੜ ਮੇਲੇ 'ਚ 14 ਜਨਵਰੀ ਦਾ ਦਿਨ ਮਾਘੀ ਦੇ ਇਤਿਹਾਸ ਦੇ ਦਿਨ ਵਜੋਂ ਜਾਣਿਆ ਜਾਂਦਾ ਹੈ। 12 ਜਨਵਰੀ ਤੋਂ ਲਗਾਤਾਰ ਚੱਲ ਰਹੇ ਇਹ ਸਮਾਗਮ 15 ਜਨਵਰੀ ਨੂੰ ਸਮਾਪਤ ਹੋਣਗੇ। 12 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਤਾਂ ਅੱਜ ਉਹਨਾਂ ਦੇ ਭੋਗ ਉਪਰੰਤ ਲਗਾਤਾਰ ਸੰਗਤ ਜੋ ਹੈ ਉਹ ਨਤਮਸਤਕ ਹੋ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ। ਤਸਵੀਰਾਂ ਸਾਂਝੀਆਂ ਕਰਦੇ ਹਾਂ, ਸ਼੍ਰੀ ਦਰਬਾਰ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਕਿ ਪਰਿਕਰਮਾ ਤੱਕ ਸੰਗਤ ਦੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਾਹਮਣੇ ਆ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ 40 ਸਿੱਖਾਂ ਦਾ ਬੇਦਾਵਾ ਪਾੜਿਆ ਸੀ, ਜੋ 40 ਸਿੱਖ ਕਦੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਉਹ ਬੇਦਾਵਾ ਇਸੇ ਜਗ੍ਹਾ ਦੇ ਉੱਤੇ ਪਾੜਿਆ ਗਿਆ ਅਤੇ ਉਹ 40 ਸਿੱਖ ਇਤਿਹਾਸ ਦੇ ਵਿੱਚ 40 ਮੁਕਤਿਆਂ ਦੇ ਵਜੋਂ ਜਾਣੇ ਜਾਂਦੇ ਨੇ। ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮਾਘੀ ਦਾ ਮੇਲਾ ਜੋ ਹੈ ਉਹ ਲੱਗਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਲਗਾਤਾਰ ਚੱਲ ਰਹੇ ਧਾਰਮਿਕ ਸਮਾਗਮ 15 ਜਨਵਰੀ ਨੂੰ ਨਗਰ ਕੀਰਤਨ ਦੀ ਰਸਮੀ ਸਮਾਪਤੀ ਦੇ ਨਾਲ ਸਮਾਪਤ ਹੋਣਗੇ। ਇਸ ਤੋਂ ਇਲਾਵਾ ਜੋ ਸੰਗਤ ਹੈ ਉਹ ਲਗਾਤਾਰ ਇੱਥੇ ਪਹੁੰਚ ਰਹੀ ਹੈ। ਅੰਮ੍ਰਿਤ ਵੇਲੇ ਤੋਂ ਹੀ ਸੰਗਤ ਜਿਹੜੀ ਹੈ ਉਹ ਪਵਿੱਤਰ ਸਰੋਵਰ, ਜੋ ਕਦੇ ਖਿਦਰਾਣੇ ਦੀ ਢਾਬ ਹੁੰਦਾ ਸੀ ਅੱਜ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ, ਉਸ ਪਵਿੱਤਰ ਸਰੋਵਰ ਦੇ ਵਿੱਚ ਸੰਗਤ ਜੋ ਹੈ ਇਸ਼ਨਾਨ ਕਰ ਰਹੀ ਹੈ। ਹੋਰ ਧਾਰਮਿਕ ਗਤੀਵਿਧੀਆਂ ਅਤੇ ਹੋਰ ਜੋ ਸਮਾਗਮ ਮੇਲਾ ਮਾਘੀ ਨੂੰ ਲੈ ਕੇ ਹੋਣੇ ਹਨ ਉਹ ਤੁਹਾਡੇ ਨਾਲ ਜਗਬਾਣੀ ਰਾਹੀਂ ਸਾਂਝੇ ਕਰਦੇ ਰਹਾਂਗੇ। ਕੁਲਦੀਪ ਸਿੰਘ ਰੀਨੀ, ਸ਼੍ਰੀ ਮੁਕਤਸਰ ਸਾਹਿਬ।